ਵਿਜੇ ਕੁਮਾਰ ਜੀ, ਵਿਜੇ ਕੁਮਾਰ ਜੀ, ਇਹ ਵਾਲਾ ਫਰੂਟ ਕੀ ਆਖਦੇ ਇਸ ਫਰੂਟ ਨੂੰ? ਇਹਨੂੰ ਤੁਸੀਂ ਡਰੈਗਨ ਕਹਿੰਦੇ ਨੇ ਜੀ। ਡਰੈਗਨ? ਹਾਂਜੀ ਹਾਂਜੀ ਹਾਂਜੀ। ਡਰੈਗਨ ਤਾਂ ਚੀਨ ਦੇ ਵਿੱਚ ਇੱਕ ਸ਼ਹਿਰ ਦਾ ਨਾਮ ਵੀ ਹੈਗਾ ਹੈ ਨਾ। ਹਾਂ, ਤੂੰ ਉਹਨੇ ਨਾਮ ਦੀ ਇਹਦਾ ਨਾਮ ਡਰੈਗਨ ਰੱਖਿਆ ਹੈ ਜੀ। ਹੁਣ ਤਾਂ ਇੰਡੀਆ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਖੇਤੀ ਹੋ ਚੁੱਕੀ ਹੈ ਇਸ ਟਾਈਮ ਤਾਂ। ਅੱਛਾ, ਇੰਡੀਆ ਦੇ ਵਿੱਚ ਵੀ ਹੁੰਦੀ ਆ? ਇੰਡੀਆ 'ਚ ਬਹੁਤ ਜ਼ਿਆਦਾ ਖੇਤੀ ਇਹਦੀ ਵੱਧ ਚੁੱਕੀ ਹੈ ਇਸ ਟਾਈਮ। ਇੰਨੀ ਪ੍ਰੋਗਰੈਸ ਹੈ ਕਿ ਆਉਣ ਵਾਲੇ ਟਾਈਮ 'ਚ ਉੱਥੋਂ ਐਕਸਪੋਰਟ ਹੋਣਾ ਬੰਦ ਹੋ ਜਾਏਗਾ। ਅੱਛਾ, ਹਾਂ, ਇਹਦੇ ਅਤੇ ਲੋਕਲ ਦੇ ਟੇਸਟ ਹੈ ਜੀ ਬਹੁਤ ਫਰਕ। ਜਿਹੜਾ ਲੋਕਲ ਡਰੈਗਨ ਆ ਰਿਹਾ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ। ਵਧੀਆ ਉਹਦਾ ਟੇਸਟ, ਮਿੱਠਾ, ਇਹ ਮਿੱਠਾ ਨਹੀਂ ਹੁੰਦਾ, ਉਲਟਾ। ਅੱਛਾ, ਇਹ ਵਾਲਾ ਚੀਨ ਤੋਂ ਆਇਆ ਅਤੇ ਲੋਕਲ ਵਾਲਾ ਜਿਹੜਾ ਉਹ ਜ਼ਿਆਦਾ ਮਿੱਠਾ? ਬਹੁਤ ਜ਼ਿਆਦਾ ਮਿੱਠਾ ਹੁੰਦਾ ਲੋਕਲ ਵਾਲਾ। ਅੱਛਾ, ਅਤੇ ਇਹਦੇ ਕੀ ਰੇਟ ਤਕਰੀਬਨ ਕੀ ਹੋਣਾ ਜੇ ਅਗਰ? ਇਹ ਲਗਭਗ 60 ਰੁਪਏ ਪੀਸ ਪੈਂਦਾ ਉਹਦਾ। 60 ਰੁਪਏ ਪੀਸ ਪੈਂਦਾ? ਹਾਂਜੀ। ਇਹਦੇ ਫਾਇਦੇ ਵੀ ਬਹੁਤ ਹੁੰਦੇ ਨੇ? ਫਾਇਦੇ ਬਹੁਤ ਨੇ ਜੀ ਹਾਂਜੀ। ਡਾਕਟਰ ਸਾਰੇ ਇਹਨੂੰ ਲਿਖ ਕੇ ਦਿੰਦੇ ਨੇ ਅੱਜ ਕੱਲ੍ਹ ਤਾਂ। ਡਾਕਟਰ ਲਿਖ ਕੇ ਦਿੰਦੇ ਆ? ਇਹਦੇ ਵੀ ਸੈੱਲ ਕੱਟ ਜਾਂਦੇ ਨੇ ਲਗਭਗ, ਇਹਨੂੰ ਪਹਿਲੇ ਲਿਖ ਕੇ ਦਿੰਦੇ ਨੇ ਡਰੈਗਨ ਨੂੰ। ਅੱਛਾ, ਹਾਂਜੀ ਹਾਂਜੀ। ਅਤੇ ਇਹ ਚੀਨ ਅਤੇ ਆਪਣੇ ਪੰਜਾਬ ਜਾਂ ਰਾਜਸਥਾਨ, ਰਾਜਸਥਾਨ, ਹਰਿਆਣਾ, ਆਲ ਓਵਰ ਇੰਡੀਆ ਦੇ ਵਿੱਚ ਹੋਣ ਲੱਗ ਪਏ ਜੀ ਇਸ ਟਾਈਮ 'ਤੇ। ਸਰਦੀ ਦੇ ਵਿੱਚ ਇਹਦੀ ਪ੍ਰੋਗਰੈਸ ਰੁਕ ਜਾਂਦੀ ਹੈ, ਬਾਕੀ 8 ਮਹੀਨੇ ਡਰੈਗਨ ਹੁੰਦਾ ਹੀ ਆਏਗਾ ਇੰਡੀਆ 'ਚ, ਹੁੰਦਾ ਹੀ ਹੁੰਦਾ। ਹਾਂਜੀ ਹਾਂਜੀ। ਬੜਾ ਵਧੀਆ ਫਰੂਟ ਹੈਗਾ ਹੈ ਨਾ। ਹੋਰ ਤਾਂ ਇਲਾਕਿਆਂ ਦੇ ਵਿੱਚ ਮੈਂ ਕਦੇ ਨਹੀਂ ਸੁਣਿਆ, ਮੁਲਕਾਂ ਦੇ ਵਿੱਚ ਹੋਰ? ਹਾਂ, ਇਹ ਡਰੈਗਨ ਆਪਣੇ ਇੱਥੇ ਬਹੁਤ ਜ਼ਿਆਦਾ ਮਿਲਦਾ ਜੀ। ਅੱਛਾ, ਅਤੇ ਹੋਰ ਪੀਅਰ ਆ ਰਿਹਾ ਜੀ, ਬਗੂਸਾ ਸਾਊਥ ਅਫਰੀਕਾ ਤੋਂ ਖੁੱਲ੍ਹ ਰਹੇ ਉੱਤਰ। ਦੇ ਇੱਕ ਪੀਸ ਕੱਢ ਦੇ, ਸਾਈਡ ਉਤਾਰ ਦੇ ਨਾ, ਚੱਕੂ ਕੱਢਣ ਦੀ ਜ਼ਰੂਰਤ ਹੀ ਨਹੀਂ। ਹਾਂਜੀ, ਇਹ ਵਾਲੇ ਇਹ ਪੀਅਰ ਹੈ ਜੀ, ਇਹ ਸਾਊਥ ਅਫਰੀਕਾ ਦਾ। ਇਹ ਸਾਊਥ ਅਫਰੀਕਾ ਤੋਂ? ਹਾਂਜੀ ਹਾਂਜੀ, ਬਗੂਸ਼ਾ ਸਾਊਥ ਅਫਰੀਕਾ ਦੀ ਆਈਟਮ ਹੈ। ਆਪਣੇ ਇੱਥੇ ਛੋਟੇ ਹੁੰਦੇ ਆ ਨਾ, ਆਪਣੇ ਬਗੂਸ਼ਾ ਹੁੰਦਾ ਪਰ ਨਾਕ ਹੁੰਦੀ, ਬਗੂਸ਼ਾ ਨਹੀਂ ਹੁੰਦਾ। ਅੱਛਾ, ਬਗੂਸ਼ਾ ਨਹੀਂ ਹੈ, ਨਾਕ ਹੀ ਹੁੰਦੀ। ਜਾਂ ਕਸ਼ਮੀਰ 'ਚ ਬਗੂਸ਼ਾ ਹੁੰਦਾ, ਆਪਣੀ ਇੰਡੀਆ ਦੇ ਵਿੱਚ ਕਸ਼ਮੀਰ 'ਚ ਹੁੰਦਾ ਬਗੂਸ਼ਾ, ਇਸ ਟਾਈਮ ਉੱਥੇ ਨਹੀਂ ਹੁੰਦਾ। ਅਤੇ ਇਹ ਸਾਰਾ ਇੰਪੋਰਟ ਹੋ ਗਿਆ ਸਾਊਥ ਅਫਰੀਕਾ ਤੋਂ ਆਉਂਦਾ। ਸਾਊਥ ਅਫਰੀਕਾ ਤੋਂ ਸਮਾਨ ਮੰਗਾਉਂਦੇ? ਹਾਂਜੀ ਹਾਂਜੀ, ਸਾਊਥ ਅਫਰੀਕਾ ਤੋਂ ਆਉਂਦੇ। ਬੋਂਬੇ ਐਕਸਪੋਰਟ ਹੁੰਦਾ, ਬੋਂਬੇ ਤੋਂ ਉਹਦਾ ਟਰਾਂਸਪੋਰਟੇਸ਼ਨ ਹੁੰਦੀ। ਟੈਕਸ ਦੇ ਵਿੱਚ ਵੀ ਬਹੁਤ ਪੈ ਜਾਂਦਾ ਹੋਣਾ? ਮਹਿੰਗਾ ਪੈਂਦਾ ਜੀ, ਬਹੁਤ ਫਰਕ ਪੈਂਦਾ ਜੀ ਇਹਦੇ ਨਾਲ, ਕਿਉਂਕਿ ਉੱਥੋਂ ਸਾਊਥ ਅਫਰੀਕਾ ਤੋਂ ਆਉਣਾ ਟਰਾਂਸਪੋਰਟੇਸ਼ਨ ਕਰਕੇ ਨਾ ਇਹਦੀ ਕੋਸਟ ਵੱਧ ਜਾਂਦੀਆਂ ਨੇ, ਕਿਉਂਕਿ ਡਿਊਟੀ ਬਹੁਤ ਜ਼ਿਆਦਾ ਇੰਡੀਆ ਦੀ ਜਿਹੜੀ ਹੈਗੀ। ਹਾਂ, ਇੰਡੀਆ ਦੀ ਡਿਊਟੀ ਲਾ ਕੇ ਹੀ ਕੋਸਟ ਕਰਦਾ ਰਿਹਾ ਫਿਰ ਇਹ। ਹਾਂ, ਵੈਸੇ ਫਲ ਤਾਂ ਬਹੁਤ ਟੇਸਟੀ ਹੈ। ਹਾਂਜੀ 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 ਹਾਂਜੀ, ਬਹੁਤ ਵਧੀਆ ਚੀਜ਼ ਜੀ। ਇੱਕ ਹੋਰ ਜਾਂਦੇ ਮਿੰਨੀ, ਇਹ ਵੀ ਚੀਨ ਤੋਂ ਆ ਰਿਹਾ, ਔਰੰਜ ਚੀਨ ਤੋਂ ਆ ਰਿਹਾ ਜੀ, ਮਿੰਨੀ ਔਰੰਜ ਚੀਨ ਤੋਂ ਆ ਰਿਹਾ, ਮਿੰਨੀ ਔਰੰਜ ਬੋਲਦੇ ਨੇ। ਅੱਛਾ, ਇੰਡੀਆ 'ਚ ਹੁੰਦਾ, ਇੱਕ ਇਹ ਚੀਨ ਤੋਂ ਆ ਰਿਹਾ, ਇਹ ਵੀ ਦੋ ਜਗ੍ਹਾ ਤੋਂ ਆਉਂਦਾ, ਸਾਫ ਸੁਥਰਾ ਵੀ ਪੂਰਾ ਹੈ ਇਹ। ਹਾਂਜੀ ਹਾਂਜੀ, ਇਹ ਚੀਨ ਦਾ, ਇਹਦੇ 'ਚ ਥਾਈਲੈਂਡ ਦਾ ਵੀ ਆਉਂਦਾ। ਚੀਨ ਤੋਂ ਵੀ ਆਉਂਦਾ ਅਤੇ ਥਾਈਲੈਂਡ ਤੋਂ ਵੀ ਆਉਂਦਾ, ਇਹਨੂੰ ਮਿੰਨੀ ਔਰੰਜ ਬੋਲਦੇ ਨੇ। ਅੱਛਾ, ਇਹ ਇੰਡੀਆ ਦੇ ਵਿੱਚ ਹੁੰਦਾ? ਇੰਡੀਆ 'ਚ ਨਹੀਂ ਹੁੰਦਾ ਜੀ, ਇੰਡੀਆ 'ਚ ਇਹਨੇ ਗ੍ਰੈਫਟਿੰਗ ਜਿਹੜੀ ਕਿੰਨੂ ਉਹ ਹੁੰਦੀ ਹੈ। ਅੱਛਾ, ਅਤੇ ਕਿੰਨੂ ਇੱਥੇ ਕੀ ਰੇਟ ਹੈਗਾ? ਕਿੰਨੂ 12 ਤੋਂ 15 ਰੁਪਏ ਕਿਲੋ ਤੱਕ ਵਿਕ ਰਹੇ ਨੇ ਮੰਡੀ ਦੇ ਵਿੱਚ। 12 ਤੋਂ 15 ਰੁਪਏ ਕਿਲੋ, ਅਤੇ ਇਹ ਕੀ ਰੇਟ ਹੈ? ਇਹ ਲਗਭਗ ਇਹਦੀ ਕੋਸਟ ਕਰਦੀ 180 ਰੁਪਏ ਕਿਲੋ। 180 ਰੁਪਏ ਕਿਲੋ? ਹਾਂਜੀ। ਫਰੂਟ ਹੈ, ਠੀਕ ਹੈ। ਅਤੇ ਅੱਗੇ ਇੱਕ ਲੀਚੀ ਆ ਰਹੀ ਹੈ ਇਟਲੀ ਤੋਂ। ਲੀਚੀ ਇਟਲੀ ਤੋਂ ਆ ਰਹੀ ਹੈ? ਅੱਛਾ, ਆਹ ਕੱਢ ਦੇ ਪੁੱਤਰੇ। ਇਹ ਲੀਚੀ ਹੈ ਜਿਹੜੀ, ਇਹ ਇਟਲੀ ਦੇ, ਇਟਲੀ ਤੋਂ ਆ ਰਹੀ ਹੈ, ਮਤਲਬ ਸਾਰਾ ਐਕਸਪੋਰਟ ਦਾ ਜਿਹੜਾ ਮਾਲ ਦਾ ਹੀ ਮਾਲ ਹੈ ਜੀ। ਬਹੁਤ ਵਧੀਆ ਯਾਰ,
ਨਜ਼ਾਰੇਦਾਰ ਸਮਾਨ ਤੁਸੀਂ ਲਗਾ ਕੇ ਰੱਖਿਆ ਅਤੇ ਇਹਦਾ ਤਕਰੀਬਨ ਕੀ ਰੇਟ ਹੋਣਾ ਹੈ? ਇਹ ਲਗਭਗ 300-350 ਰੁਪਏ ਕਿਲੋ ਪੈਂਦੀ। ਅੱਛਾ, 300-350 ਰੁਪਏ ਕਿਲੋ। ਹਾਂ, ਅਤੇ ਤੁਸੀਂ ਗ੍ਰੇਪਸ ਵੀ ਮੰਗਾ ਕੇ ਰੱਖਦੇ ਹੋ? ਅਤੇ ਆਪਾਂ ਦੇਖ ਲੈਂਦੇ ਹਾਂ ਗ੍ਰੇਪਸ ਔਰ ਅਤੇ ਇਹ ਭਾਈ ਸਾਹਿਬ ਸਟੋਰ ਤੁਸੀਂ ਇੱਥੇ ਕੀ ਸਟੋਰ ਕਰਦੇ ਹੋ? ਇਹਦੇ 'ਚ ਕੇਲਾ ਆਉਂਦਾ ਜੀ। ਇਹਦੇ ਸਾਰਾ ਸਟੋਰ 'ਚ ਕੇਲਾ ਹੁੰਦਾ ਬਰੋ? ਹੁਣ ਤਾਂ ਇੱਧਰ ਕੀ ਰੱਖਿਆ ਸਮਾਨ? ਇਹ ਕੇਲਾ ਹੀ ਹੁੰਦਾ, ਆਲਰੇਡੀ ਬੰਦ ਕਰ ਰੱਖਿਆ ਕਿਹੜੀ ਠੰਡ ਕਰਕੇ। ਵੈਸੇ ਖਜੂਰ ਨਹੀਂ ਚੱਕੇ ਉੱਧਰ। ਅੱਛਾ, ਖਜੂਰ, ਇਹ ਖਜੂਰ ਇੰਡੀਆ ਦੀ ਹੈ ਜਾਂ? ਨਹੀਂ ਨਹੀਂ, ਇਹ ਇਰਾਨ ਦੀ ਖਜੂਰ। ਇਰਾਨ ਤੋਂ ਹੈ? ਇਰਾਨ ਤੋਂ ਆ ਰਹੀ ਹੈ। ਉਹ ਦੂਸਰੇ ਨੰਬਰ ਲੈ। ਅੱਛਾ, ਇਹ ਇਰਾਨ ਤੋਂ ਮੰਗਾਉਂਦੇ ਹੋ ਤੁਸੀਂ? ਹੈ, ਇੱਕ ਡੱਬਾ ਲੈ, ਖੋਲ ਬਸ, ਇੱਕ ਡੱਬਾ ਬਹੁਤ। ਹਾਂ, ਇੱਕ ਅੱਧਾ ਜੀ। ਅੱਛਾ, ਪੈਕਿੰਗ ਦੇ ਵਿੱਚ ਰੱਖੇ ਹੋਏ ਅਤੇ ਇਰਾਨ ਤੋਂ ਆਉਂਦੇ? ਹਾਂਜੀ ਹਾਂਜੀ, ਇਰਾਨ ਤੋਂ ਆ ਰਹੀ ਸਾਰੀ ਜਿੰਨੀ ਵੀ ਆ ਰਹੀ। ਇਹਦਾ ਤਾਂ ਆਮ ਦਾ ਯਾਰ ਕਲਰ ਦਾ ਵੀ ਫਰਕ ਹੈ, ਹੈ ਨਾ? ਫਰਕ ਹੈ ਖਜੂਰ ਦਾ ਤਾਂ ਜੀ। ਆਹ ਖਜੂਰ ਦੇਖਣ ਨੂੰ ਵੀ ਦੇਖੋ ਕਿੰਨੀ ਮੁਲਾਇਮ ਲੱਗਦੀ ਹੈ, ਅਤੇ ਜਿਹੜੀ ਮਾਰਕੀਟ 'ਚੋਂ ਵਿਕਦੀ ਹੈ ਆਮ ਰੇਹੜੀ ਵਗੈਰਾ, ਅਤੇ ਉਹਦਾ ਕਲਰ ਦਾ ਵੀ ਫਰਕ ਹੈਗਾ ਅਤੇ ਮਿਠਾਸ ਦਾ ਤਾਂ ਫਰਕ ਪੈਣਾ ਹੀ ਪੈਣਾ। ਬਿਲਕੁਲ, ਇਹ ਇਹ ਵੀ ਐਕਸਪੋਰਟ ਕਰਕੇ? ਇਹ ਸਾਰੀ ਐਕਸਪੋਰਟ ਦੇ ਆਈਟਮ ਨੇ ਜੀ ਟੋਟਲੀ। ਹਾਂ, ਉਸ ਕਰਕੇ ਥੋੜ੍ਹਾ ਜਿਹਾ ਇਹਦਾ ਕੋਸਟਾ ਹੋਣਾ ਮੇਰੇ ਖਿਆਲ ਹੈ। ਅਤੇ ਗ੍ਰੇਪਸ ਆ ਰਿਹਾ ਖੋਲ ਕੇ, ਇਹ ਗ੍ਰੇਪਸ ਬਲੈਕ ਹੈ, ਬਲੈਕ ਆ ਰਿਹਾ ਨਾਸਿਕ ਤੋਂ। ਇਹ ਨਾਸਿਕ ਤੋਂ ਮੰਗਾਉਂਦੇ? ਹਾਂਜੀ, ਨੀਚੇ ਲੈ ਉੱਤਰ। ਅੱਛਾ, ਇਹ ਗ੍ਰੇਪਸ ਨੇ ਜੀ ਨਾਸਿਕ ਤੋਂ ਮੰਗਾਏ ਜਾਂਦੇ ਆ ਜਿਹੜੇ। ਹਾਂ, ਵਾਕਈ ਟੇਸਟੀ ਤਾਂ ਇਹ ਵੀ ਬਹੁਤ ਹੁੰਦੇ ਨੇ, ਬਹੁਤ ਵਧੀਆ ਆ ਰਹੇ ਜੀ ਗ੍ਰੇਪਸ। ਹਾਂ, ਪੂਰਾ ਪੀਸ? ਹਾਂਜੀ ਹਾਂਜੀ ਹਾਂਜੀ। ਇਹ ਲਗਭਗ 70-75 ਰੁਪਏ ਕੋਸਟ ਪੈਂਦੀ ਹੈ ਜੀ। 70-75 ਰੁਪਏ ਕਿਲੋ? ਕਿਲੋ 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 ਦੀ ਕੁਛ ਪੈ ਗਿਆ। ਪਹਿਲੇ ਨਾ ਇੱਕ ਪਾਕਿਸਤਾਨ ਤੋਂ ਵੀ ਆਉਂਦਾ ਸੀ, ਆਪਾਂ ਛੋਟੇ ਹੁੰਦੇ ਆ ਖਰੀਦ, ਚਮਨ ਦੇ ਅੰਗੂਰ ਆਉਂਦੇ ਸੀ। ਅੱਜ ਕੱਲ੍ਹ ਉਹ ਬੰਦ ਹੋ ਗਏ, ਬੰਦ ਹੋ ਗਏ ਨੇ ਜੀ ਉਹ ਚਮਨ ਦੇ ਅੰਗੂਰ, ਹੈ ਨਾ? ਅਤੇ ਇਹ ਉਹਨਾਂ ਨਾਸਿਕ ਤੋਂ ਆਪਣੇ ਇੱਥੇ ਇੰਡੀਆ 'ਚ ਹੀ ਹੁੰਦਾ, ਨਾਸਿਕ ਇੰਡੀਆ 'ਚ ਹੁੰਦਾ ਸਾਰਾ ਅੰਗੂਰ ਜੀ। ਅੱਛਾ, ਹੋਰ ਕੀ ਆਈਟਮ ਜਿਹੜੀ ਤੁਸੀਂ ਮਤਲਬ ਐਕਸਪੋਰਟ ਕਰਦੇ ਹੋ? ਇੱਕ ਗ੍ਰੇਪਸ ਆਉਂਦਾ ਹੈ, ਇੰਪੋਰਟੈਂਟ ਗ੍ਰੇਪਸ ਆ ਕਿਲੇ ਅੱਗੇ, ਇੰਪੋਰਟੈਂਟ ਗ੍ਰੇਪਸ ਦਾ ਕਿਲੇ ਥੱਲੋਂ ਦੀ ਅੰਗੂਰ, ਗੋਲਡ ਅੰਗੂਰ ਵੱਡਾ। ਉਹਦਾ ਕਲਰ ਬਲੈਕ ਜਾਂ ਦੂਸਰਾ? ਉਹ ਪਰਪਲ ਕਲਰ ਹੁੰਦਾ ਹੈ। ਪਰਪਲ ਕਲਰ? ਹਾਂ, ਉਹ ਬਹੁਤ ਵਧੀਆ ਗ੍ਰੇਪਸ ਆਉਂਦਾ ਜੀ ਉਹਨਾਂ ਦੇ, ਉਹ ਇੰਪੋਰਟੈਂਟ ਸਾਰਾ ਉਹਨਾਂ। ਅਲੱਗ ਅਲੱਗ ਵਰਾਇਟੀਆਂ ਮੰਗਾਈਆਂ ਹੋਈਆਂ ਨੇ ਕਿਉਂਕਿ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਨਾ। ਹਾਂ, ਸ਼ਾਦੀਆਂ ਸੀਜ਼ਨ ਸਾਰੀ ਆਈਟਮ ਰੱਖਣੀ ਪੈਂਦੀ। ਅਤੇ ਸ਼ਾਦੀ ਦੇ ਸੀਜ਼ਨ ਦੇ ਵਿੱਚ ਆਈਟਮ ਦੇ ਥੋੜ੍ਹੇ ਜਿਹੇ ਮਤਲਬ ਮਹਿੰਗਾਈ ਵੀ ਲੱਗਦੀ ਹੋਣੀ ਹੈ, ਹੈ ਨਾ? ਨਹੀਂ, ਇਹ ਫਸਲ 'ਤੇ ਡਿਪੈਂਡ ਕਰਦੀ ਹੈ। ਫਸਲ 'ਤੇ ਡਿਪੈਂਡ? ਇਹ ਸ਼ਾਦੀ 'ਤੇ ਕੋਈ ਡਿਪੈਂਡ, ਫਸਲ 'ਤੇ ਡਿਪੈਂਡ ਕਰਦੀ ਪਿੱਛੋਂ ਦੀ ਫਸਲ ਕਿੰਨੀ ਹੈ, ਜ਼ਿਆਦਾ ਕਿ ਘੱਟ ਹੈ। ਅੱਛਾ, ਰੇਟ ਉਹਦੇ ਅਕੋਰਡਿੰਗ ਹੀ ਚੱਲਦਾ ਹੈ, ਰੇਟ ਉਹਦੇ ਅਕੋਰਡਿੰਗ ਚੱਲਦਾ। ਹਾਂ, ਇਹਨੇ ਸ਼ਾਦੀਆਂ ਦਾ ਕੋਈ ਲਿੰਕ ਨਹੀਂ ਹੈ। ਠੀਕ ਹੈ, ਅਤੇ ਇੱਥੇ ਇੱਕ ਆਮ ਫਸਲ ਜਿਹੜੀ ਆਪਾਂ ਕੈਲੀਫੋਰਨੀਆ ਕਹਿ ਸਕਦੇ ਹਾਂ, ਹੈ ਨਾ, ਫਾਜ਼ਿਲਕਾ ਜ਼ਿਲ੍ਹੇ ਨੂੰ, ਕਿੰਨੂ, ਕਿੰਨੂ ਕਿੰਨੂ ਵਾਕਈ ਇੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ ਪੰਜਾਬ ਦੇ ਨਾਲੋਂ, ਇੰਡੀਆ ਦੇ ਨਾਲੋਂ, ਫਾਜ਼ਿਲਕਾ ਜ਼ਿਲ੍ਹੇ? ਇੰਡੀਆ ਦਾ ਨੰਬਰ ਵਨ ਨੇ ਜੀ, ਇੰਡੀਆ ਦਾ ਨੰਬਰ ਵਨ ਨੇ। ਹੋਰ ਦਾ ਜਿਹੜਾ ਨਾਮ ਚੱਲਦਾ ਜੀ, ਅਲੱਗ ਅਲੱਗ ਕੰਟਰੀਆਂ 'ਚ ਨਾਮ ਚੱਲਦਾ, ਬੰਗਲਾਦੇਸ਼ ਐਕਸਪੋਰਟ ਹੁੰਦਾ ਆਪਣੇ ਹੋਰ ਕੋਈ, ਜੇ ਆਪਾਂ ਉਹ ਇਹ ਚੀਜ਼ਾਂ ਉਧਰੋਂ ਐਕਸਪੋਰਟ ਕਰਦੇ ਹਾਂ ਤਾਂ ਇੱਧਰੋਂ ਇਹ ਐਕਸਪੋਰਟ ਹੁੰਦੇ ਸਾਰੇ ਜੀ। ਇਹ ਗ੍ਰੇਪਸ ਆ? ਹਾਂ, ਵਾਕਈ ਇਹ ਕਲਰ ਪਰਪਲ ਕਲਰ ਚਾਹਦਾ ਇਹ ਗ੍ਰੇਪਸ।
ਹਾਂ ਇਹਦੇ ਤੇ ਇਹਦੇ ਟੇਸਟ 'ਚ ਕੋਈ ਫਰਕ ਹੋਣਾ? ਬਹੁਤ ਫਰਕ ਹੈ ਜੀ ਇਹਦੇ ਤੇ ਇਹਦੇ 'ਚ। ਹਾਂ ਬਹੁਤ ਫਰਕ ਹੈ ਜੀ ਟੇਸਟ ਦਾ ਇਹਦਾ। ਅੱਛਾ ਹਾਂ ਟਾਈਮ ਦੇ ਅਕੋਰਡਿੰਗ ਹੈਗੀ ਹੈ, ਲੋਕੀ ਇਹਨੂੰ ਲਾਈਕ ਕਰਦੇ ਨੇ, ਇਹਦੇ ਸੀਡ ਨਹੀਂ ਹੁੰਦੇ, ਉਹ ਸੀਡ ਲੈਸ ਨੇ ਆਪਣੇ ਇੰਡੀਅਨ। ਇਹ ਪੀਸ ਵੀ ਥੋੜ੍ਹਾ ਘੱਟ ਸੀਡ ਲੈਸ ਹੈ, ਹਾਂ ਇਹਦੇ ਸੀਡ ਨਹੀਂ ਹੁੰਦਾ, ਇਹ ਸੀਡ ਵਾਲਾ, ਇਹਦੇ 'ਚ ਬੀਜ ਆਏਗਾ ਅੰਦਰ, ਇਹਦੇ ਇਹ ਸੀਡ ਲੈਸ ਆਉਂਦਾ। ਅੱਛਾ 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 ਇਹ ਆਈਟਮ ਵੀ ਹੈਗੀ ਚੀਨ ਦੀ, ਇਹ ਵੀ ਚੀਨ ਤੋਂ ਆ ਰਹੀ ਹੈ, ਇਹ ਵੀ ਚੀਨ ਤੋਂ ਆ ਰਹੀ। ਹਾਂਜੀ ਹਾਂਜੀ ਰੇਟ ਦਾ ਵੀ ਫਰਕ ਹੈ ਜੀ, ਇਹ ਲਗਭਗ ਕੋਸਟ ਕਰਦਾ 300+, 300 ਰੁਪਏ ਕੇ ਜੀ। ਹਾਂਜੀ ਉਹ 80 ਰੁਪਏ ਕੇ ਜੀ ਪੈਂਦਾ ਪਿਆ, ਉਹ 300 ਰੁਪਏ ਕੇ ਜੀ। ਆਪਾਂ ਸਾਰਾ ਸਮਾਨ ਜਿਹੜਾ ਫਲ ਫਰੂਟ ਦਾ ਉਹ ਐਕਸਪੋਰਟ ਤੋਂ ਮਤਲਬ ਬਾਹਰਲੇ ਮੁਲਕਾਂ ਤੋਂ ਮੰਗਾਉਂਦੇ ਹਾਂ। ਹਾਂਜੀ ਹਾਂਜੀ ਔਰ ਇੰਡੀਆ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇੱਥੇ ਵਿਕਦੀ ਹੈ ਇੰਡੀਆ ਦੀ ਚੀਜ਼ ਫਰੂਟ ਦੇ ਵਿੱਚ ਖਾਸ ਤੌਰ 'ਤੇ ਆਪਾਂ ਗੱਲ ਕਰੀਏ? ਸੀਜ਼ਨ ਵਾਈਜ਼ ਸੀਜ਼ਨ ਇੰਡੀਆ ਦੇ ਵਿੱਚ ਹਰ ਆਈਟਮ ਹੈਗੀ ਹੈ। ਹਾਂਜੀ ਲੀਚੀ ਵੀ ਹੈਗੀ ਇੰਡੀਅਨ ਹੈਗੀ, ਲੀਚੀ ਆਉਂਦੀ ਹੈ ਉਹ ਸੀਜ਼ਨ ਲਈ, ਲੀਚੀ ਆਉਂਦੀ ਹੈ। ਅੱਛਾ ਗ੍ਰੇਪਸ ਤਾਂ ਇੰਡੀਅਨ ਹੈ ਉਹ ਸੀਜ਼ਨ ਲਈ ਹੈ, ਗ੍ਰੀਨ ਕਲਰ ਦਾ ਬੱਕੂ ਕੁਛ ਹੈ ਉਹ ਹੀ ਸੀਜ਼ਨ ਲਈ ਸ਼੍ਰੀਨਗਰ ਤੋਂ ਆਉਂਦਾ। ਹਾਂਜੀ ਐਪਲ ਵੀ ਅਕੋਰਡਿੰਗ ਹੈ ਸੀਜ਼ਨ ਦੇ ਹਿਸਾਬ ਨਾਲ, ਹੁਣ ਇੰਡੀਅਨ ਵੀ ਮਿਲਦਾ ਪਿਆ, ਇੰਪੋਰਟਡ ਵੀ ਆਉਂਦੇ ਵੀ ਨੇ ਐਪਲ, ਇਸ ਟਾਈਮ ਚੱਕ ਲਿਆ ਇੰਪੋਰਟਡ ਐਪਲ, ਇੰਪੋਰਟਡ ਐਪਲ ਵੀ ਆ ਰਿਹਾ ਇਸ ਟਾਈਮ। ਅੱਛਾ ਉਹ ਵੀ ਮੰਗਾਉਂਦੇ ਹੋ? ਹਾਂਜੀ ਹਾਂਜੀ ਐਪਲ ਵੀ ਆ ਰਿਹਾ USA ਦਾ ਆ ਰਿਹਾ, ਅਮਰੀਕਾ ਦਾ। ਅੱਛਾ ਹਾਂ ਉਹ ਵੀ ਆ ਰਿਹਾ ਐਪਲ ਵੀ। ਹਾਂ ਮਤਲਬ ਕੋਈ ਮੁਲਕ ਨਹੀਂ ਹੈਗਾ ਜਿਹੜਾ ਜਿਹਦਾ ਇੱਥੇ ਫਲ ਫਰੂਟ ਨਾ ਆਉਂਦਾ ਹੋਵੇ, ਸਾਰੇ ਹੀ ਆਉਂਦੇ ਜੀ ਸਾਰੇ ਮੁਲਕਾਂ ਦਾ, ਲੋਕੀ ਲਾਈਕ ਕਰਦੇ ਨਹੀਂ, ਅਗਰ ਸ਼ਾਦੀ ਸੀਜ਼ਨ ਚੱਲਦੇ ਹੋਏ ਉਹਦੇ 'ਚ ਹਰ ਚੀਜ਼ ਮੰਗਾਉਣੀ ਪੈਂਦੀ ਹੈ। ਵੈਸੇ ਵੀ ਫਰੂਟ ਖਾਣ ਦੇ 'ਚ ਲੋਕ ਕਰੋਨਾ ਤੋਂ ਬਾਅਦ ਕੁਝ ਜ਼ਿਆਦਾ ਟ੍ਰੈਂਡ ਹੋ ਗਿਆ, ਜ਼ਿਆਦਾ ਕਰੋਨਾ ਤੋਂ ਬਾਅਦ। ਹਾਂਜੀ 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 ਉਹਦਾ ਕੀ ਕਾਰਨ ਮੰਨਦੇ ਹੋ? ਕਾਰਨ ਇਹਦੇ 'ਚ ਜੀ ਦੇਖਿਆ ਵੀ ਲੋਕਾਂ ਨੇ ਵੀ ਜਿਹੜੀ ਸਾਡੀ ਪੈਸੇ ਨਾਲ ਵੀ ਜਾਨ ਨਹੀਂ ਬਚੀ, ਡਰੈਗਨ ਫਰੂਟ ਉਹ ਮਤਲਬ ਡਾਕਟਰ ਵੀ ਅੱਜ ਕੱਲ੍ਹ ਲਿਖ ਕੇ ਦਿੰਦੇ ਆ, ਨਾਰੀਅਲ ਪਾਣੀ ਆ ਰਿਹਾ ਗੁਜਰਾਤ ਤੋਂ ਜਿਹੜਾ ਆ ਰਿਹਾ ਉਹ ਵੀ ਲਿਖ ਕੇ ਦਿੰਦੇ ਨੇ। ਅੱਛਾ ਇਹ ਚੀਜ਼ਾਂ ਕਰੋਨਾ ਤੋਂ ਬਾਅਦ ਜ਼ਿਆਦਾ ਹੀ ਟ੍ਰੈਂਡ ਹੋ ਗਿਆ। ਬਹੁਤ ਵਧੀਆ ਤੁਸੀਂ ਸਮਾਨ ਰੱਖਿਆ ਇੱਥੇ, ਅਤੇ ਮੈਂ ਤਾਂ ਇਹੀ ਕਹਿ ਸਕਦਾ ਕਿ ਕਿੰਨੇ ਮੁਲਕ ਛੱਡ ਕੇ ਇੱਕ ਸਰਹੱਦ ਤੋਂ ਸ਼ੁਰੂ ਹੋ ਕੇ ਅਤੇ ਪਾਕਿਸਤਾਨ ਦੀ ਸਰਹੱਦ ਦਾ ਆਖਰੀ ਜਿਹੜਾ ਹੈਗਾ ਜ਼ਿਲ੍ਹਾ ਉੱਥੋਂ ਤੱਕ ਸਮਾਨ ਮਿਲਦਾ ਜੀ, ਉੱਥੋਂ ਤੱਕ ਮਿਲਦਾ ਹੈਗਾ ਆਖਰੀ ਜ਼ਿਲ੍ਹਾ, ਨਹੀਂ ਤਾਂ ਜ਼ਿਲ੍ਹੇ ਦੇ ਵਿੱਚ ਜਿਹੜਾ ਬਾਰਡਰ 'ਤੇ ਹੈਗੇ ਨੇ ਇਲਾਕੇ ਉਹ ਪਛੜੇ ਹੋਏ ਆ, ਪਰ ਆਪਣਾ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਯਾਰ ਅਮਰੀਕਾ ਤੋਂ ਵੀ ਸਮਾਨ ਆਉਂਦਾ, ਚੀਨ ਤੋਂ ਵੀ ਆਉਂਦਾ, ਇਟਲੀ ਤੋਂ ਵੀ ਆਉਂਦਾ, ਅਫਰੀਕਾ ਤੋਂ ਵੀ ਆਉਂਦਾ, ਅਤੇ ਇਹ ਵਾਲੀ ਜਿਹੜੀ ਵਰਾਇਟੀ ਹੈ ਇਹ ਐਪਲ ਦੀ, ਵਾਸ਼ਿੰਗਟਨ ਦੀ ਹੈ, ਅਮਰੀਕਾ ਦੀ ਹੈ। ਅੱਛਾ ਇਹ ਅਮਰੀਕਾ ਦੀ ਹੈ, ਅਮਰੀਕਾ ਦੀ ਹੈ। ਉੱਪਰ ਸਟੈਂਪ ਵੀ ਲਗਾਉਂਦੇ? ਹਾਂ ਬਿਲਕੁਲ ਜੀ ਬਿਲਕੁਲ, ਅਕੋਰਡਿੰਗ ਕਿੰਨੀ ਦੀ ਸਾਈਜ਼ ਦੀ, 40-18 ਹੈ, 40-16 ਹੈ। ਅੱਛਾ ਹਾਂਜੀ ਹਾਂਜੀ ਸਾਈਜ਼ ਦੇ ਅਕੋਰਡਿੰਗ, ਅਤੇ ਇਹਦੇ ਰੇਟ ਦਾ ਤਾਂ ਕਾਫੀ ਅੰਤਰ, ਕਾਫੀ ਅੰਤਰ ਹੈ ਜੀ, ਇਹ ਲਗਭਗ 250 230-240 ਰੁਪਏ ਕਿਲੋ ਪੈਂਦਾ ਹੈ ਵਾਸੀ। ਅੱਛਾ ਹਾਂ ਆਪਣੇ ਇੰਡੀਅਨ 100+ ਨੇ, ਇੰਡੀਅਨ 100+ ਹੈ, ਇੰਡੀਅਨ ਸ਼੍ਰੀਨਗਰ ਦੇ ਸੇਮ ਜਿਹੜੇ ਹੈਗੇ ਨੇ। ਹਾਂ ਜਿਹੜੇ ਕਿਨੌਰ ਦੇ ਆਪਣੇ ਏਰੀਆ ਨੇ ਸ਼ਿਮਲਾ ਸਾਈਡ ਜਿਹੜੀ ਹੈਗੀ ਹੈ ਉਹ 200 ਰੁਪਏ ਕਿਲੋ ਵੇਚ ਰਹੇ ਨੇ, ਸ਼ਿਮਲੇ ਦੇ ਜਿਹੜੇ ਏਪਲ ਨੇ ਕਿਨੌਰ ਸਾਈਡ ਦੇ ਉਹ 200 ਰੁਪਏ ਕੇ ਜੀ ਵੇਚ ਰਹੇ ਨੇ। ਇਹ ਨੈਚੁਰਲੀ ਪਾਊਡਰ ਲੱਗਦਾ ਆਪਣੀ ਕੁਦਰਤ ਦਾ, ਹਾਂ ਇਹ ਨੈਚੁਰਲੀ ਪਾਊਡਰ ਹੈ, ਇਹਨੇ ਕਿਸੇ ਦੇ ਦਵਾਈ ਨਹੀਂ ਲੱਗੀ ਹੋਈ, ਇਹਦੇ ਕੁਦਰਤੀ ਪਾਊਡਰ ਹੈ, ਪੇੜ ਦੇ ਹੀ ਆਇਆ ਦਵਾਈ ਬਣਦਾ ਪਾਊਡਰ।
ਇਹ ਮੇਰੇ ਖਿਆਲ ਇਹ ਜਿਹੜੇ ਤੁਸੀਂ ਫਰੂਟ ਦਿਖਾਇਆ ਇਹਨਾਂ ਦੀ ਕਿਸੇ 'ਤੇ ਦਵਾਈ ਨਹੀਂ ਲੱਗੀ ਹੈ? ਨਹੀਂ ਜੀ, ਕਿਸੇ ਤਰ੍ਹਾਂ ਦਾ ਕੈਮੀਕਲ ਯੂਜ਼ ਨਹੀਂ ਹੁੰਦਾ, ਨੈਚੁਰਲੀ ਨੈਚੁਰਲੀ ਹੈ। ਹਾਂਜੀ, ਆਮ ਤੌਰ 'ਤੇ ਮਾਰਕੀਟ 'ਚ ਦੇਖਦੇ ਹਾਂ ਤਾਂ ਉਹ ਲਗਾਏ ਹੁੰਦੇ ਹੈ। ਨਹੀਂ, ਪਪੀਤੇ ਖਾਲੀ ਪਕਾਉਂਦੇ ਨੇ, ਬਾਕੀ ਨਹੀਂ ਕੋਈ ਚੀਜ਼ ਆਈ। ਅਤੇ ਕੇਲਾ ਕੀ ਰੇਟ ਹੈ? ਕੇਲਾ ਮਾਰਕੀਟ ਇਸ ਟਾਈਮ 30 ਰੁਪਏ ਕਿਲੋ ਵਿਕ ਰਿਹਾ। ਉਹ ਤਾਂ ਇੰਡੀਆ ਦੇ ਹੀ ਹੈ ਸਾਰਾ, ਟੋਟਲ ਇੰਡੀਆ ਦਾ ਆਈਟਮ ਹੈ। 30 ਰੁਪਏ ਮਤਲਬ ਕਿਲੋ ਜਾਂ ਦਰਜਨ ਦੇ ਹਿਸਾਬ? ਕਿਲੋ, ਕੇਜੀ 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 ਵੀ ਕੇਜੀ, ਕੇਲਾ ਹੁਣ ਕੇਜੀ ਹੀ ਵਿਕਣਾ ਪਿਆ ਜੀ। ਹੁਣ ਇਹ ਜੋ ਕਿਲਾ ਐਕਸਪੋਰਟ ਵੀ ਹੁੰਦਾ ਹੈ। ਐਕਸਪੋਰਟ ਵੀ ਹੁੰਦਾ ਹੈ? ਹਾਂਜੀ ਹਾਂਜੀ। ਉਹ ਕਿੱਥੋਂ ਮੰਗਾਉਂਦੇ ਆ ਫਿਰ? ਉਹ ਐਕਸਪੋਰਟ ਉੱਥੋਂ ਹੀ ਹੁੰਦਾ ਹੈ, ਮਹਾਰਾਸ਼ਟਰ ਤੋਂ ਹੀ। ਅੱਛਾ ਅੱਛਾ, ਮਹਾਰਾਸ਼ਟਰ ਦੀ ਪੂਨਾ ਸਾਈਡ ਦੀ ਬੈਲਟ ਹੈ ਜਿੱਥੇ ਕਿਲੇ ਦੀ, ਉੱਥੋਂ ਦੀ ਟੋਟਲ ਮਲੇਸ਼ੀਆ ਸਾਈਡ ਅਤੇ ਇੰਡੋਨੇਸ਼ੀਆ ਕਿਲਾ ਇੰਡੀਆ ਤੋਂ ਹੀ ਜਾਂਦਾ, ਸਾਰਾ ਕਿਲਾ ਇੰਡੀਆ ਤੋਂ ਜਾਂਦਾ, ਐਕਸਪੋਰਟ ਹੁੰਦਾ ਇੰਡੀਆ ਤੋਂ ਕਿਲਾ। ਇੰਡੀਆ ਤੋਂ ਐਕਸਪੋਰਟ ਹੁੰਦਾ? ਹਾਂਜੀ ਹਾਂਜੀ। ਜਿੱਦਾਂ ਓਨੀਅਨ ਵੀ ਐਕਸਪੋਰਟ ਹੁੰਦਾ ਹੈ। ਹਾਂ, ਪਿਆਜ਼ ਵੀ ਇੰਡੀਆ ਤੋਂ ਹੀ ਐਕਸਪੋਰਟ ਹੋ ਰਿਹਾ ਸਾਰਾ। ਅੱਛਾ, ਵਹੀ ਜਾ ਰਿਹਾ ਹੈ ਮਲੇਸ਼ੀਆ, ਪਰਮਾਨੈਂਟ ਲੋਡਿੰਗ ਹੈ ਡੇਲੀ, ਲਗਭਗ ਸਮਥਿੰਗ 100 ਕੰਟੇਨਰ, 100 ਕੰਟੇਨਰ ਦੀ ਪਰ ਡੇ ਦੀ ਲੋਡਿੰਗ ਇੰਡੀਆ ਤੋਂ। ਵੈਰੀ ਗੁੱਡ। ਹਾਂ, ਜਿਹੜੀ ਨਾਸਿਕ ਤੋਂ ਪਰ ਡੇ ਦੀ ਲੋਡਿੰਗ ਹੁੰਦੀ ਹੈ। ਮਤਲਬ ਜੇ ਆਪਾਂ ਦੂਸਰੇ ਮੁਲਕਾਂ ਤੋਂ ਮੰਗਾਉਣੇ ਆ ਤਾਂ ਆਪਣਾ ਵੀ ਜਾਂਦਾ ਹੈ, ਆਪਣਾ ਜਾਂਦਾ ਵੀ ਹੈ ਹਨਾ, ਆਪਾਂ ਲੈਵਲ ਬਰਾਬਰ ਕਰਦੇ, ਲੈਵਲ ਬਰਾਬਰ ਰਹਿੰਦਾ ਜੀ, ਲੈਵਲ ਬਰਾਬਰ ਕਰ ਦਿੰਦਾ ਜਿਹੜੇ ਸਰਹੱਦ ਤੇ ਬੈਠੇ। ਤਾਂ ਪਾਕਿਸਤਾਨ ਦੇ ਵਿੱਚ ਵੀ ਰੇਟ ਜਿਹੜੇ ਹੈਗੇ ਨੇ, ਵੀਡੀਓ ਦੇਖ ਰਹੇ ਆ ਸੱਜਣ ਵੀਰ, ਉੱਥੋਂ ਦੇ ਕਈ ਐਕਸਪੋਰਟਰ ਹੈਗੇ ਨੇ ਜਿਹੜੇ ਮਤਲਬ ਫਲ ਫਰੂਟ ਵਗੈਰਾ ਹੋਰ ਮੁਲਕਾਂ ਤੋਂ ਮੰਗਾਉਂਦੇ ਆ ਜਾਂ ਉੱਥੋਂ ਐਕਸਪੋਰਟ ਕਰਦੇ ਆ, ਉਹ ਦੇਖ ਰਹੇ ਆ ਰੇਟ ਦੇ ਵਿੱਚ ਕਾਫੀ ਫਰਕ ਹੈ। ਫਰਕ ਇੱਦਾਂ ਨਹੀਂ ਵੀ ਮਹਿੰਗਾਈ ਵਾਲਾ ਦੌਰ ਨਹੀਂ ਕਹਿ ਸਕਦੇ ਇਸ ਚੀਜ਼ ਨੂੰ, ਕਿਉਂਕਿ ਰੇਟ ਅਗਰ ਕਰੰਸੀ ਦੇ ਹਿਸਾਬ ਦੇ ਨਾਲ ਲਗਾਈਏ ਤਾਂ ਤਕਰੀਬਨ ਬਰਾਬਰ ਜਿਹਾ ਲੈਵਲ ਹੈ। ਕਿਸੇ ਚੀਜ਼ ਦਾ ਥੋੜ੍ਹਾ ਬਹੁਤ ਵੱਧ ਹੈ, ਕਿਸੇ ਚੀਜ਼ ਦਾ ਥੋੜ੍ਹਾ ਬਹੁਤ ਘੱਟ ਹੈ, ਹੈ ਨਾ, 19-21 ਫਰਕ। ਆਪਣੀ ਚੀਜ਼ ਵੀ ਉੱਥੋਂ ਜਾ ਕੇ ਉੱਧਰ ਕੋਸਟਲੀ ਹੋ ਜਾਂਦੀ ਹੈ, ਉਹ ਟੈਕਸ ਦੇ ਕਰਕੇ ਉਹਨਾਂ ਦੇ ਕਨਵਰਟ ਹੋ ਜਾਂਦੀ ਹੈ, ਆਪਣੀ ਚੀਜ਼ ਉੱਧਰ ਜਾ ਕੇ ਕੋਸਟਲੀ ਹੋ ਜਾਂਦੀ ਹੈ। ਤਾਂ ਉਹਨਾਂ ਵੀਰਾਂ ਨੂੰ ਵੀ ਅਪੀਲ ਹੈ ਕਿ ਕਮੈਂਟ ਕਰਕੇ ਉਹ ਉੱਥੋਂ ਦੇ ਰੇਟ ਦੱਸਣ, ਅਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਦੇਖ ਰਹੇ ਹੈ ਪੰਜਾਬੀ ਵੀਰ ਜਾਂ ਇੱਥੋਂ ਇੰਡੀਅਨ ਵੀਰ ਦੇਖ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ, ਬਹੁਤ ਜ਼ਿਆਦਾ ਬੈਠੇ ਨੇ ਅਫਰੀਕਾ ਕਨੇਡਾ ਦੇ ਵਿੱਚ, ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਉੱਥੋਂ ਦੇ ਰੇਟ ਜਿਹੜੇ ਹੈਗੇ ਆ, ਉੱਥੋਂ ਦੇ ਰੇਟ ਕੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਪਾਉਣ। ਅਤੇ ਭਾਈ ਸਾਹਿਬ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਸਾਡੇ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਈ। ਧੰਨਵਾਦ ਜੀ।